ਹਾਂਜੀ, ਕੀ ਹਾਲ ਚਾਲ ਨੇ ਭਰਾਵੋ। ਤੇ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਯਾਰ, ਬਹੁਤ ਜ਼ਰੂਰੀ। ਸੱਚੀ ਮੈਂ ਉਸ ਗੱਲ ਤੋਂ ਬਾਹਲਾ ਦੁਖੀ ਹੋਇਆ ਪਿਆ ਤੇ ਇਸ ਗੱਲ ਤੋਂ ਹੋਰ ਵੀ ਮੇਰੇ ਭਰਾ ਬਾਹਲੇ ਦੁਖੀ ਹੋਣਗੇ। ਅੱਜ ਆਪਾਂ ਗੱਲ ਉਹ ਮੁੱਦੇ ਤੇ ਕਰਨੀ ਹੈ ਵੀ ਜਿਹੜੇ ਕੰਜਰ ਲੋਕ ਨਹਿਰ ਦੇ ਵਿੱਚ ਗੰਦ ਸਿੱਟ ਕੇ ਆਉਂਦੇ ਆ ਬਈ, ਜਿਹਦਾ ਜੀ ਕਰਦਾ ਜਵਾਕਾਂ ਦੇ ਡਾਇਪਰਾਂ ਦਾ ਭਰਦਾ ਲਿਫਾਫਾ ਚੱਲ ਨਹਿਰ ਦੇ ਵਿੱਚ, ਜੇ ਕਿਸੇ ਦਾ ਜੀ ਕਰਦਾ ਬੁੜੀਆਂ ਦੇ ਵਿਸਪਰ ਚੱਕਦੇ ਆ ਭਰ ਕੇ ਲਿਫਾਫੇ ਚੱਲ ਨਹਿਰ ਦੇ ਵਿੱਚ, ਜੇ ਕਿਸੇ ਦਾ ਕੁੱਤਾ ਮਰ ਜਾਂਦਾ ਚੱਕਦੇ ਆ ਪੂਛੋਂ ਫੜ ਕੇ ਚੱਲ ਕੁੱਤਾ ਨਹਿਰ ਚ। ਇੱਥੋਂ ਤੱਕ ਕਿ ਮੈਂ ਆਪਦੇ ਪਿੰਡ ਵਾਲੀ ਨਹਿਰ ਦੇ ਵਿੱਚ ਕਈ ਮਰੇ ਹੋਏ ਵੱਛੇ ਵੀ ਦੇਖੇ ਆ ਬਈ। ਲੋਕਾਂ ਦੀ ਸਾਡੀ ਇੰਨੀ ਕੁ ਜ਼ਮੀਰ ਮਰ ਚੁੱਕੀ ਆ ਵੀ ਨਹਿਰਾਂ ਨੂੰ ਲੋਕਾਂ ਨੇ ਡਸਟਬੀਨ ਬਣਾ ਲਿਆ ਬਈ। ਹੁਣ ਆਪਣੀ ਨਹਿਰ ਤੋਂ ਪਈ ਹੋਈ ਆ ਮੋਗੇ ਤੋਂ ਸਿੱਧੀ ਪਾਈਪ ਲਾਈਨ ਆਪਣੀ ਜ਼ਮੀਨ ਨੂੰ ਬਈ, ਤੇ ਮਸਾਂ ਆ ਝੋਨੇ ਦੇ ਸੀਜ਼ਨ ਵਿੱਚ 3 ਵਾਰੀਆਂ ਲੱਗੀਆਂ ਨੇ ਮੰਨ ਲਓ ਨਹਿਰ ਦੀਆਂ, 3 ਵਾਰੀ ਪਾਈਪ ਲਾਈਨ ਬਲੌਕ ਹੋ ਗਈ ਬਈ, 3 ਵਾਰੀ ਬੰਦੇ ਲਾ ਕੇ ਸਾਫ ਕਰਾਈ ਆ। ਆਹ ਮਾੜਾ ਦੇਖਿਓ ਵਿੱਚੋਂ ਕੀ ਕੁਝ ਨਿਕਲਦਾ, ਦੇਖੋ ਮਾੜੀ ਨਿਗਾਹ ਮਾਰਿਓ। ਦੇਖ ਲਿਆ ਬਈ, 3ਜੀ ਵਾਰ ਜਦੋਂ ਪਾਈਪ ਲਾਈਨ ਬੰਦ ਹੋਈ ਤਾਂ ਜਦੋਂ ਬੰਦੇ ਲਾਏ ਤਾਂ ਪਾਈਪ ਲਾਈਨ ਦੇ ਵਿੱਚ ਕੀ ਫਸਿਆ ਹੋਇਆ ਸੀਗਾ, ਇੱਕ ਵੱਡਾ ਸਾਰਾ ਲਿਫਾਫਾ ਫਸਿਆ ਹੋਇਆ ਸੀਗਾ। ਜਦੋਂ ਉਹ ਬਈਏ ਨੇ ਲਿਫਾਫਾ ਖੋਲ ਕੇ ਦੇਖਿਆ ਤਾਂ ਵਿੱਚੋਂ ਕੀ ਨਿਕਲੇ, ਵਿਸਪਰ ਨਿਕਲੇ ਬਈ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਵੀ ਜਿਹੜੇ ਘਟੀਆ ਲੋਕ ਇਹ ਕੰਮ ਕਰਦੇ ਆ ਵੀ ਨਹਿਰ ਚ ਕਦੇ ਵਿਸਪਰਾਂ ਦੇ ਲਿਫਾਫੇ ਸਿੱਟ ਆਉਂਦੇ ਭਰ ਕੇ, ਕਦੇ ਡਾਇਪਰ ਸੁੱਟ ਆਉਂਦੇ, ਦੱਸੋ ਬਈ ਇਹ ਜਿਹੜੀ ਨਹਿਰ ਆ ਇਹ ਡਸਟਬਿਨ ਆ ਯਾਰ, ਇਹ ਗੰਦ ਸੁੱਟਣ ਵਾਸਤੇ ਬਣੀ ਆ ਯਾਰ। ਜਿਹੜੇ ਲੋਕ ਇਹ ਕੰਮ ਕਰਦੇ ਆ ਮੈਨੂੰ ਕਮੈਂਟ ਕਰਕੇ ਜਵਾਬ ਜ਼ਰੂਰ ਦੇਣ ਵੀ ਹਾਂ ਨਹਿਰਾਂ ਗੰਦ ਸੁੱਟਣ ਵਾਸਤੇ ਬਣੀਆਂ ਨੇ ਯਾਰ। ਕਈ ਲੋਕ ਨਹਿਰਾਂ ਦੇ ਵਿੱਚ ਨਹਾਉਂਦੇ ਆ ਬਈ, ਕਈ ਵਿਚਾਰੇ ਲੋੜਵੰਦ ਪਾਣੀ ਵੀ ਪੀ ਲੈਂਦੇ ਆ, ਕੱਪੜੇ ਵੀ ਧੋਂਦੇ ਆ, ਤੇ ਤੁਸੀਂ ਪਤੰਦਰੋਂ ਦੇ ਜਵਾਕਾਂ ਦੇ ਭੈਣ ਚੋਂ ਟੱਟੀ ਦੇ ਮਾਰੇ ਡਾਇਪਰ ਚੱਕ ਕੇ ਸਿੱਟ ਆਉਂਦੇ ਹੋ ਵਿੱਚੋਂ ਦੇ ਨਹਿਰ ਦੇ ਯਾਰ, ਤੁਹਾਡਾ ਦਿਮਾਗ ਬਈ ਕੰਮ ਨਹੀਂ ਕਰਦਾ ਜਮਾ ਹੀ ਯਾਰ। ਚੱਕ ਕੇ ਤੁਸੀਂ ਬੁੜੀਆਂ ਦੇ ਆਪਦੀਆਂ ਦੇ ਵਿਸਪਰ ਤੇ ਚੱਕ ਕੇ ਨਹਿਰਾਂ ਸਿੱਟ ਆਉਂਦੇ ਹੋ ਯਾਰ। ਮੈਂ ਮਾਫੀ ਚਾਹੁੰਦਾ ਕਿ ਮੈਨੂੰ ਇਹ ਗੱਲਾਂ ਬੋਲਣੀਆਂ ਪੈ ਰਹੀਆਂ ਨੇ, ਪਰ ਮੈਂ ਗੱਲਾਂ ਤਾਂ ਬੋਲ ਰਿਹਾ ਵੀ ਸ਼ਾਇਦ ਉਹਨਾਂ ਕੰਜਰ ਲੋਕਾਂ ਨੂੰ ਸਮਝ ਆ ਜੇ ਜਿਹੜੇ ਇਹ ਗੰਦ ਨਹਿਰਾਂ ਸਿੱਟ ਕੇ ਆਉਂਦੇ ਨੇ। ਬਈ ਤੁਸੀਂ ਆਪਦੇ ਆ ਬੁੜੀਆਂ ਦੇ ਵਿਸਪਰ ਵੁਸਪਰ ਤੇ ਡਾਇਪਰ ਡੂਪਰ ਘਰੇ ਅੱਗ ਲਾ ਕੇ ਸਾੜ ਦਿਆ ਕਰੋ ਯਾਰ, ਘਰ ਦੇ ਬਾਹਰ ਅੱਗ ਲਾ ਕੇ ਸਾੜ ਦਿਆ ਕਰੋ ਯਾਰ। ਇਹ ਕਿੱਡੀ ਕੁ ਚੰਗੀ ਚੀਜ਼ ਜਿਹੜੀ ਤੁਸੀਂ ਪਾਣੀ 'ਚ ਤਾਰ ਕੇ ਆਉਂਦੇ ਹੋ ਬਈ, ਦੱਸੋ ਮੈਨੂੰ ਇਹ ਕਿੱਡੀ ਕੁ ਚੰਗੀ ਚੀਜ਼ ਹੈ ਜਿਹੜੀ ਤੁਸੀਂ ਕਹਿੰਦੇ ਹੋ ਵੀ ਅਸੀਂ ਪਾਣੀ ਦੇ ਵਿੱਚ ਤਾਰ ਕੇ ਆਈਏ। ਕਿਉਂ ਪਾਣੀ ਦਾ ਤੁਸੀਂ ਸੱਤਿਆਨਾਸ਼ ਕਰਦੇ ਹੋ ਬਈ? ਉਂਝ ਲੋਕੀ ਰੌਲਾ ਪਾਉਂਦੇ ਆ ਬਈ ਜੀ ਉੱਥੋਂ ਗੰਦੇ ਨਾਲੇ ਦਾ ਪਾਣੀ ਵਿੱਚ ਰਲਾ ਦਿੱਤਾ, ਫਲਾਣਾ ਪਾਣੀ ਵਿੱਚ ਰਲਾ ਦਿੱਤਾ ਯਾਰ। ਮਾੜਾ ਮੋਟਾ ਪਹਿਲਾਂ ਆਪ ਤਾਂ ਸੁਧਾਰ ਕਰ ਲਓ। ਜੇ ਕਿਸੇ ਦਾ ਕੁੱਤਾ ਮਰਦਾ ਚੱਲੋ ਨਹਿਰ 'ਚ, ਪੂਛੋਂ ਫੜ ਕੇ ਕੁੱਤੇ ਮਰੇ ਨਹਿਰ 'ਚ ਸਿੱਟ ਜਾਂਦੇ ਹੋ ਯਾਰ। ਥੋੜੇ ਤੋਂ ਟੋਆ ਪੱਟ ਕੇ ਕੁੱਤਾ ਨੱਪਿਆ ਨਹੀਂ ਜਾਂਦਾ ਬਈ ਯਾਰ, ਤੁਹਾਡੇ ਹੱਥ ਟੁੱਟੇ ਆ ਬਈ। ਕਈ ਵਾਰੀ ਤਾਂ ਲੋਕੀ ਆਪਦੇ ਘਰ ਦੇ ਮਰੇ ਬੱਚੇ ਵੀ ਨਹਿਰ 'ਚ ਸਿੱਟ ਜਾਂਦੇ ਆ। ਇਹੋ ਜਿਹੀ ਲੱਖ ਲਾਹਣਤ ਆ ਉਹ ਜਿਹੇ ਲੋਕਾਂ ਦੇ ਵੀ ਤੁਸੀਂ ਦੁਨੀਆਂ ਤੇ ਜੰਮੇ ਕਿਉਂ ਜੇ ਯਾਰ। ਲੱਖ ਲਾਹਣਤ ਤੁਹਾਡੇ ਵਰਗੇ ਲੋਕਾਂ ਤੇ ਜਿਹੜੇ ਆਪਦੇ ਬੱਚੇ ਮਰੇ ਨਹਿਰ 'ਚ ਸਿੱਟ ਕੇ ਆਉਂਦੇ ਨੇ। ਲੱਖ ਲਾਹਣਤ, ਲੱਖ ਦੀ ਲੱਖ ਲਾਹਣਤ ਇਹੋ ਜਿਹੇ ਬੰਦਿਆਂ ਤੇ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਹਰ ਪਿੰਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਬਈ। ਅਸੀਂ ਇੰਨੇ ਕੁ ਦੁਖੀ ਹੋ ਚੁੱਕੇ ਆ ਇਸ ਚੀਜ਼ ਤੋਂ। ਜੇ ਪਾਣੀ ਦੀ ਵਾਰੀ ਸੁੱਕੀ ਸੰਦੀ ਲੱਗ ਜਾਂਦੀ ਆ, ਮੈਂ ਕਹਿੰਦਾ 1 ਕਿੱਲੇ ਦੇ ਵਿੱਚ ਨੇਰੇ ਡਾਇਪਰ ਹੀ ਖਿਲਰ ਜਾਂਦੇ ਆ, ਨੇਰੇ ਵਿਸਪਰ ਹੀ ਖਿਲਰ ਜਾਂਦੇ ਆ। ਐਡਾ ਲੋਕਾਂ ਦਾ ਯਾਰ ਬੁਰਾ ਹਾਲ ਹੋ ਗਿਆ। ਇੱਥੋਂ ਤੱਕ ਕਿ ਯਾਰ ਬੁੜੀਆਂ ਦੀਆਂ ਮੰਨ ਲਓ ਉਹ ਵੀ ਮੰਨ ਲਓ ਕੱਪੜੇ, ਹੁਣ ਮੈਂ ਕੀ ਕਹਾਂ ਵੀ ਜਿਹੜੇ ਅੰਦਰੂਨੀ ਕੱਪੜੇ ਆ ਉਹ ਵੀ ਲੋਕੀ ਨਹਿਰੇ ਸਿੱਟ ਜਾਂਦੇ ਆ ਯਾਰ। ਉਹ ਵੀ ਕਈ ਵਾਰੀ ਫੜ ਫੜ ਕੇ ਪਾਈਪ ਲਾਈਨ ਦੇ ਵਿੱਚੋਂ ਕੱਢੇ ਆ ਬਾਹਰ, ਜਦੋਂ ਪਾਈਪ ਲਾਈਨ ਬਲੌਕ ਹੋ ਜਾਂਦੀ ਹੈ। ਸਭ ਤੋਂ ਵੱਧ ਬੁੜੀਆਂ ਦਾ ਸਮਾਨ ਨਹਿਰ ਦੇ ਵਿੱਚ ਆਉਂਦਾ ਬਈ, ਕਿਉਂ ਯਾਰ? ਕਿਹੜੀ ਗੱਲੋਂ ਯਾਰ? ਉਹ ਥੋੜੇ ਤੋਂ ਘਰੇ ਨਹੀਂ ਅੱਗ ਲਾ ਕੇ ਸਾੜਿਆ ਜਾਂਦਾ? ਉਹਨੂੰ ਘਰੇ ਦਾ ਸਿਆਪਾ ਨਿਬੇੜ ਦਿਆ ਕਰੋ। ਕਿਉਂ ਸਾਡੇ ਹੱਥ ਗੰਦ 'ਚ ਮਰਾਉਂਦੇ ਹੋ ਬਈ ਦਿਨ ਰਾਤ ਯਾਰ? ਹੁਣ ਨਹਿਰ ਦੀ ਵਾਰੀ ਤਾਂ ਬਈ ਲਾਉਣੀ ਪੈਂਦੀ ਆ। ਹੁਣ ਪਾਈਪ ਲਾਈਨ ਆ, ਪਾਈਪ ਲਾਈਨ ਦੇ ਬਲੌਕ ਹੋ ਜਾਂਦੀ ਆ, ਜਦੋਂ ਪੰਡਾਂ ਦੀਆਂ ਪੰਡਾਂ ਆ ਕੇ ਵਿਸਪਰਾਂ ਦੀ ਡਾਇਪਰਾਂ ਦੇ ਵਿੱਚ ਫਸ ਜਾਂਦੀਆਂ, ਫਿਰ ਬਲੌਕ ਹੋ ਜਾਂਦੀ ਆ ਬਈ, ਫਿਰ ਬੰਦੇ ਲਾ ਕੇ ਕਢਾਉਣੀ ਪੈਂਦੀ ਆ। ਆ ਤੁਸੀਂ ਦੇਖ ਹੀ ਲਿਆ, ਲਿਫਾਫੇ ਲਫੂਫੇ ਸਾਰਾ ਕੁਝ, ਲੋਕ ਗੱਟੇ ਲਿਫਾਫੇ A to Z ਯਾਰ, ਘਰ ਦਾ ਜਿੰਨਾ ਵੀ ਕੂੜਾ ਸਾਰਾ ਨਹਿਰ 'ਚ ਸਿੱਟ ਕੇ ਜਾਂਦੇ ਆ। ਜੇ ਕਿਸੇ ਦੇ ਘਰ ਦਾ ਕੋਈ ਕੱਚ ਟੁੱਟ ਗਿਆ,
ਗੱਟਾ ਭਰ ਕੇ ਕੱਚ ਦਾ, ਚਲੋ ਨਹਿਰ ਦੇ ਵਿੱਚ, ਹੋਰ ਗੰਦ ਪਿੱਲ ਕੂੜਾ ਕਰਕਟ ਸਾਰਾ ਕੁਛ ਲੋਕੀ ਨਹਿਰ 'ਚ ਸਿੱਟ ਕੇ ਜਾਂਦੇ। ਤੇ ਜਿਹੜੇ ਲੋਕ ਇਹ ਗੰਦ ਪਾਉਂਦੇ ਆ, ਮੈਂ ਕਹਿੰਦਾ ਤੁਹਾਡੇ ਜੰਮਣ ਤੇ, ਤੁਹਾਡੇ ਜੰਮਣ ਵਾਲਿਆਂ ਦੇ, ਤੁਹਾਡੀਆਂ 7 ਪੀੜ੍ਹੀਆਂ ਦੇ ਲੱਖ ਲਾਣਤਾ ਬਈ, ਜਿਹੜੇ ਲੋਕ ਨਹਿਰਾਂ ਦੇ ਵਿੱਚ ਇਹੋ ਜਿਹੇ ਗੰਦ ਨੂੰ ਸਿੱਟ ਕੇ ਜਾਂਦੇ ਆ। ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਬਹੁਤ ਸਾਰੇ ਭਰਾ ਪਾਣੀ ਦੀਆਂ ਵਾਰੀਆਂ ਲਾਉਂਦੇ, ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਹਾਂ ਨਹਿਰਾਂ ਦੇ ਵਿੱਚ ਇਹ ਗੰਦ ਆਉਂਦਾ। ਤੇ ਮੈਂ ਉਹਨਾਂ ਨੂੰ ਕਹਿੰਦਾ, ਭਰਾਵੋ ਆ ਜਿਹੜੇ ਹੱਥ ਤੁਹਾਡੇ ਸਾਹਮਣੇ, ਤੁਸੀਂ ਆਪਦਾ ਗੰਦ ਆਪਦੇ ਘਰੇ ਨਿਬੇੜਿਆ ਕਰੋ, ਆਪਦੇ ਗੰਦ ਨੂੰ ਘਰੇ ਅੱਗ ਲਾਇਆ ਕਰੋ, ਨਹਿਰਾਂ 'ਚ ਨਾ ਸਿੱਟਿਆ ਕਰੋ, ਨਾ ਸਿੱਟਿਆ ਕਰੋ। ਮੋਗੇ 'ਚ ਫਸ ਜਾਂਦੇ, ਕਦੇ ਮੋਗੇ 'ਚ ਥੋੜ੍ਹਾ ਸਿਆਪਾ ਕਰਕੇ ਆਉਣਾ ਪੈਂਦਾ, ਕਦੇ ਨਹਿਰ 'ਚ ਪਾਈਪਲਾਈਨ 'ਚ ਫਸ ਜਾਂਦਾ, ਕਦੇ ਥੋੜ੍ਹੇ ਪਾਈਪਲਾਈਨ 'ਚ ਸਿਆਪੇ ਕਰਦੇ ਰਹਿੰਦੇ ਅਸੀਂ। ਬਾਕੀ ਜੇ ਵੱਧ ਘੱਟ ਹੋ ਗਿਆ ਤਾਂ ਮਾਫ਼ੀ ਚਾਹੁੰਦੇ ਹਾਂ ਭਰਾਵੋ, ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਸ਼ਾਇਦ ਗੰਦ ਸਿੱਟਣ ਨੂੰ ਸ਼ਰਮ ਆ ਜਾਵੇ ਮਾੜੀ ਮੋਟੀ।